अनि आइडिया ए हाले तक मेरे घर दिया ने माही दा हस्बैंड ता दिखे नहीं जे कोई माही दा हस्बैंड बन के मेरे घरे जावे मेरे घर दिया ना करे बदतमीजी उना ना करे कुत्ते खानी ओ ना दा समान चक के बाहर मारनगे व्हाट अ ग्रेट आइडिया यार हां कमाल है पर प्रॉब्लम ए है केड्डा वड्डा बदतमीज बंदा लबांगा कि की मतलब तेरा ओके ਹੁਣ ਘਰ ਚ ਏਡਾ ਵੱਡਾ ਬਦਤਮੀਜ ਹੋਵੇ ਅਸੀਂ ਬਾਹਰ ਜਾ ਕੇ ਬਦਤਮੀਜ ਲੱਭੀਏ ਆ ਯਾਰ ਯਾ ਅਰਾ ਇਹ ਮੇਰੇ ਡੈਡੀ ਨੇ ਤੇ ਇਹ ਮੇਰਾ ਬ੍ਰਦਰ ਹੈ ਗੋਲਡੀ ਸਤਿ ਸ਼੍ਰੀ ਅਕਾਲ ਜੀ ਡੈਡੀ ਇਹ ਮੇਰਾ ਦੋਸਤ ਹੈ ਬਚਪਨ ਦਾ ਦੋਸਤ ਹੈ ਮੇਰਾ ਉਹ ਉੱਪਰ ਵਾਲੀ ਕੁੜੀ ਨੂੰ ਆਪਾਂ ਕਮਰਾ ਕਰਾਈ ਤੇ ਦਿੱਤਾ ਨਾ ਉਹਦਾ ਹਸਬੈਂਡ ਹੈ ਇਹ ਬਾਹਲੀ ਦੇਰ ਬਾਅਦ ਮਿਲਿਆ ਮੈਨੂੰ ਤਾਂ ਇਹ ਕਮਾਲ ਹੋ ਗਿਆ ਯਾਰ ਇੰਨੀ ਦੇਰ ਬਾਅਦ ਕਮਾਲ ਹੈ ਉਹ ਬਸ ਜਦੋਂ ਆਪਾਂ ਲਾਸ ਮਿਲੇ ਆ ਨਾ ਉਸ ਤੋਂ ਬਾਅਦ ਉਹ ਜ਼ਰਾ ਮੈਨੂੰ ਕਰੰਟ ਜਿਹਾ ਲੱਗ ਗਿਆ ਨੰਗੀਆਂ ਤਾਰਾਂ ਨਾਲ ਚਿਪ ਗਿਆ ਤੇ ਮੇਰੀ ਯਾਦਾਸ ਚਲੀ ਗਈ ਵੈਸੇ ਸਿਆਣਾ ਬੰਦਾ ਤਾਂ ਨੰਗੀਆਂ ਤਾਰਾਂ ਦੇ ਕੋਲ ਦੇ ਵੀ ਨਹੀਂ ਲੱਗਦਾ ਹੈ ਨਹੀਂ ਨਹੀਂ ਮਤਲਬ ਤਾਰਾਂ ਟਕੀਆਂ ਸੀ ਲੱਤਾਂ ਨੰਗੀਆਂ ਸੀ ਅਸੀਂ ਤਾਂ ਸੁਣਿਆ ਜਿਹੜੇ ਬੰਦੇ ਨੂੰ ਕਰੰਟ ਦੇ ਝਟਕੇ ਪੈਣ ਉਹਦੀ ਯਾਦਾਸ਼ਤ ਮੁੜ ਆਉਂਦੀ ਆ ਪਹਿਲਾਂ ਇਨਸਾਨ ਦੇਖਿਆ ਜਿੱਦੀ ਚਲੀ ਗਈ ਤੇ ਵੈਸੇ ਟਾਈਮ ਹੋ ਗਿਆ ਹੁਣ ਮੇਰਾ ਤੇ ਮੇਰੀ ਵਾਈਫ ਦੇ ਸੌਣ ਦਾ ਚਲੋ ਨਾ ਅਸੀਂ ਹੁਣ ਉੱਪਰ ਜਾ ਕੇ ਨਾਲ ਸੌਣ ਨਹੀਂ ਇਧਰ ਗੇਟ ਹੈ ਨਿਕਲੋ ਖਿਸਕੰਤਰੋ ਵੋ ਇਥੋਂ 6500 ਰੁਪਇਆ ਕੋਠੀ ਦਾ ਕਿਰਾਇਆ ਦਿੱਤਾ ਤੁਸੀਂ ਇੱਥੇ ਥੋੜਾ ਸੋਣਾ ਸਾਰਿਆਂ ਨੇ ਹੁਣ ਸ਼ਾਬਾਸ਼ ਤੇਰੇ 6500 ਚ ਪੂਰੀ ਕੋਠੀ ਪਾਲਦਾ ਬੰਗਲਾਦੇਸ਼ ਤੋਂ ਆਇਆ ਤੈਨੂੰ ਇੰਡੀਆ ਦੀ ਮਹਿੰਗਾਈ ਦਾ ਨਹੀਂ ਪਤਾ ਉਹ ਉੱਪਰ ਚਵਾਰਾ ਦੇਖ ਰਿਹਾ ਨਾ ਉਹ ਤੇਰਾ ਹੈ ਆਹੋ ਇਹਦਾ 6500 ਉਹ ਇਦਾਂ ਦੀ 4500 ਚ ਮਿਲ ਜਾਂਦੀ ਹੈ ਚਬਾਰੀ ਤੂੰ ਤਾਂ ਕਹਿੰਦਾ ਸੀ ਡੈਡੀ ਤੇਰੇ ਵਕੀਲ ਆ ਇਹ ਤਾਂ ਠੱਗ ਓਏ ਤੂੰ ਮੇਰੇ ਡੈਡੀ ਨੂੰ ਬਹੁਤ ਵੱਡਾ ਠੱਗ ਕਿਵੇਂ ਕਿਹਾ ਬਹੁਤ ਵੱਡਾ ਕਦੋਂ ਕਿਹਾ ਹਾਂ ਮੈਂ ਠੱਗ ਕਿਹਾ ਬਹੁਤ ਵੱਡਾ ਪੱਲਿਓ ਪਾ ਲਿਆ ਤੂੰ ਉਹ ਅੱਜ ਨਹੀਂ ਤਾਂ ਕੱਲ ਨੂੰ ਕਹੇਗਾ ਸੋਚਿਆ ਤਾਂ ਹੋਣਾ ਹੀ ਆ ਡੈਡੀ ਤੁਸੀਂ ਇਹੋ ਜਿਹੇ ਬੰਦੇ ਨੂੰ ਕਮਰਾ ਕਰਾਏ ਤੇ ਦੇਖ ਕਿਵੇਂ ਦਿੱਤਾ ਮੈਂ ਤਾਂ ਇਹਦੀ ਜਨਾਨੀ ਦੇ ਮੂੰਹ ਨੂੰ ਦਿੱਤਾ ਇਹਦੇ ਮੂੰਹ ਨੂੰ ਤਾਂ ਮੈਂ ਕੱਲਾ ਬਾਥਰੂਮ ਨਾਲ ਦਵਾਂ ਨਾਲੇ ਮੈਨੂੰ ਕੀ ਪਤਾ ਹੈ ਤੇਰਾ ਦੋਸਤ ਆ ਮੈਂ ਦੰਦਾ ਹੀ ਨਾ ਡੈਡੀ ਕੁਛ ਨਹੀਂ ਕੂਲ ਵੀਰੇ ਤੈਨੂੰ ਕਿਰਾਇਆ ਵੱਧ ਲੱਗਦਾ ਨਾ ਚੱਲ ਤੂੰ ਇਹਦਾ ਦੋਸਤ ਆ 4500 ਦੇ ਦੀ ਆਓ ਕੀ ਬੋਲ ਚੱਲ ਕਰ ਯਾਰ ਕਮਾਲ ਹੋ ਗਈ ਵੈਸੇ ਇੱਕ ਜਾਣਾ ਪੂਰਬ ਨੂੰ ਤੁਰਿਆ ਇੱਕ ਉੱਤਰ ਨੂੰ ਇੱਕ ਦੱਖਣ ਨੂੰ ਮੈਨੂੰ ਤੇ ਲੱਗਦਾ ਤੁਸੀਂ ਪਿਓ ਪੁੱਤਰ ਹੀ ਸਕੇ ਨਹੀਂ ਹੈਗੇ ਆਪਸ ਸਾਲਿਆ ਤੈਨੂੰ ਅਸੀਂ ਕਿਰਾਏਦਾਰ ਬਣਾਉਣਾ ਤੇ ਤੂੰ ਆਪਣਾ ਡੀਐਨਏ ਟੈਸਟ ਨਹੀਂ ਕਰਾਉਣਾ ਉਹ ਕਿੱਡਾ ਬਦਤਮੀਜ ਬੰਦਾ ਤੂੰ ਬੋਲ ਕੇ ਮਰਿਆ ਯਾਰ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹਨੂੰ ਐਡੀ ਸੋਹਣੀ ਕੁੜੀ ਦੇ ਕੀ ਨਾ ਦਿੱਤੀ ਇਹਦੀ ਤਾਂ ਜਨਾਨੀ ਦੇ ਮੂੰਹ ਤੇ ਲਿਖਿਆ ਹੋਇਆ ਕਿ ਉਹਦਾ ਘਰ ਵਾਲਾ ਕਮੀਨਾ ਹੋਣਾ ਹਾਂ ਉਹ ਛੱਡੋ ਡੈਡੀ ਤੁਸੀਂ ਕੀ ਲੈਣਾ ਆਪਾਂ ਕਿਸੇ ਬਾਰੇ ਮਾੜਾ ਚੰਗਾ ਕਿਉਂ ਬੋਲਣਾ ਵਾ ਹਾਂ ਤੂੰ ਸਮਾਂ ਚੱਕ ਬਾਹਰ ਰਗੜ ਬਾਹਰ ਕੱਢੋ ਡੈਡੀ ਇਹਨੂੰ ਜਸ ਗੋ ਉਹ ਚੁੱਪ ਕਰ ਓਏ ਐਡੇ ਅਨਪੜਾਂ ਦਾ ਨਿਆਣਾ ਹੋ ਕੇ ਅੰਗਰੇਜ਼ੀ ਚ ਬਾਹਰ ਕੱਢਣ ਡਿਆ ਮੈਨੂੰ ਡੈਡੀ ਬਦਤਮੀਜ਼ ਆਦਮੀ ਨੇ ਯਾਰ ਤੁਸੀਂ ਕਹਿੰਦੇ ਹੋ ਤੈਨੂੰ ਵੋਟੀ ਕਿਨੇ ਦੇਤੀ ਤੁਹਾਨੂੰ ਡਿਗਰੀ ਕਿਨੇ ਦੇਤੀ ਵਕੀਲ ਦੀ ਹੈ ਕਿਸੇ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਕਿਰਾਏਦਾਰ ਨੂੰ ਘਰੋਂ ਕੱਢਣ ਤੋਂ ਪਹਿਲਾਂ 1 ਮਹੀਨੇ ਦਾ ਨੋਟਿਸ ਦੇਣਾ ਪੈਂਦਾ ਅੱਛਾ ਤਾਂ ਹੁਣ ਤੂੰ ਸਾਡੇ ਨਾਲ ਵਕਾਲਤ ਦੇ ਹਿਸਾਬ ਕਿਤਾਬ ਕਰੇਗਾ ਆਹੀ ਯਾਰੀ ਦੋਸਤੀ ਹੈ ਸਮਾਨ ਚੱਕ ਤੇ ਤੂੰ ਬਾਹਰ ਚੱਲ ਜਦ ਕਹਿਤਾ ਡੈਡੀ ਨੇ ਤਾਂ ਕਹਿਤਾ ਐਤਕੀ ਤਾਂ 1 ਦਿਨ ਮੈਨੂੰ ਟੱਪੜ ਦਿੱਤਾ 1 ਮਿੰਟ ਜਸ ਇੱਥੇ ਰੁਕ ਜਾ ਤੈਨੂੰ 1 ਮਹੀਨੇ ਦਾ ਨੋਟਿਸ ਚਾਹੀਦਾ ਨਾ ਦਿੱਤਾ ਪਰ 31 ਮੈਂ ਦੇਣ ਤੇਰੀ ਬੂਥੀ ਮੈਨੂੰ ਦਿਖਣੀ ਨਹੀਂ ਚਾਹੀਦੀ ਨਹੀਂ